ਪੰਜਾਬ 1 ਪ੍ਰੈਜ਼ੈਂਟਸ ਰਿਐਲਿਟੀ ਸ਼ੋਜ਼ ਕਰਨ ਤੋਂ ਬਾਅਦ ਫਿਰ ਤੁਸੀਂ ਖੁਦ ਦਾ ਕ੍ਰੀਏਟ ਕਰਦੇ ਹੋ। ਮੈਂ ਸ਼ੁਰੂ ਤੋਂ ਹੀ ਮੇਰਾ ਇੱਕ ਹੁੰਦਾ ਸੀਗਾ ਵੀ ਜੋ ਚੀਜ਼ ਚੱਲ ਰਹੀ ਮੈਂ ਦੇਖਦਾ ਜ਼ਿਆਦਾ ਸੀ, ਬੋਲਦਾ ਘੱਟ ਸੀ। ਪਰ ਇੱਕ ਚੀਜ਼ ਸੀ ਵੀ ਇਹ ਇੱਧਰ ਮੇਰਾ ਧਿਆਨ ਇਸ ਕਰਕੇ ਪਿਆ ਕਿਉਂਕਿ ਬਹੁਤ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਬੜੇ ਵਿਨਰਸ ਦੇ ਨਾਲ ਧੱਕਾ ਹੋਇਆ। ਮੈਂ ਤੁਹਾਨੂੰ ਪੁੱਛਣ ਹੀ ਲੱਗੀ ਸੀਗੀ ਕਿ ਪਰਸਨਲ ਸ਼ੌਂਕ ਲਈ ਤੁਸੀਂ ਇਹ ਸਾਰਾ ਕੁਝ ਨਹੀਂ ਕੀਤਾ? ਫਿਰ ਗੱਲ ਤਾਂ ਫਿਰ ਉਹੀ ਹੋ ਗਈ ਨਾ, ਤੁਹਾਡਾ ਇੱਕ ਸਪੈਸ਼ਲ ਪਲੇਟਫਾਰਮ ਦੇਣ ਦਾ ਪਰਸਨਲ ਕੀ ਫਾਇਦਾ ਜੇ ਉਹੀ ਚੀਜ਼ਾਂ ਫਿਰ